ਦੁਨੀਆ ਦੀ ਸਭ ਤੋਂ ਵੱਡੀ ਲੀਗ ਮੰਨੀ ਜਾਂਦਾ ਹੈ ਆਈਪੀਐਲ ਨੂੰ ਔਰ ਆਈਪੀਐਲ ਦੀ ਟੀਮ ਦੇ ਵਿੱਚ ਸਿਲੈਕਸ਼ਨ ਹੋਣਾ ਇੱਕ ਸੁਪਨਾ ਹੀ ਹੁੰਦਾ ਉਹ ਵੀ ਨਾ ਹਰ ਪਲੇਅਰ ਦਾ ਜਿਨਨੇ ਵੀ ਸਕਸੈਸਫੁਲ ਬੰਦੇ ਨੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਹਾਰਡ ਵਰਕ ਤੋਂ ਬਿਨਾਂ ਉੱਥੇ ਪਹੁੰਚਿਆ ਹੋਊਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਰ ਇੱਕ ਫੀਲਡ 'ਚ ਕਿੰਨਾ ਕੰਪੀਟੀਸ਼ਨ ਹੈ ਤੁਸੀਂ ਸਟੈਂਡ ਆਊਟ ਕਰਨੇ ਤਾਂ ਆਬਵੀਅਸਲੀ ਤੁਹਾਨੂੰ ਕੁਝ ਤਾਂ ਐਕਸਟਰਾ ਕਰਨਾ ਪਊਗਾ ਹੀ ਮੈਂ ਸੋਚਿਆ ਨਹੀਂ ਸੀਗਾ ਆਪਕਿ ਮੈਂ ਆਈਪੀਐਲ ਖੇਡ ਜੂਗਾ ਇਨੀ ਛੇਤੀ ਸ਼ੁਰੂਆਤ ਆ ਜਿਹੜੀ ਉਹ ਇਸ ਗੇਮ ਦੇ ਵਿੱਚ ਆਉਣ ਦੀ ਕਿਵੇਂ ਹੋਈ ਕਾਰਨ ਕੀ ਬਣਿਆ ਇਹੀ ਗੇਮ ਟਮਰਵੇਕੇਸ਼ਨਸ ਹੋਈਆਂ ਸੀਗੀਆਂ ਤੇ ਉਹ 15 ਡੇਜ਼ ਦੇ ਕੈਂਪ ਤੋਂ ਬਾਅਦ ਮੈਂ ਬੈਸਟ ਪਲੇਅਰ ਡਿਕਲੇਅਰ ਹੋਇਆ ਸੀ ਕੋ ਉਧਰ ਦਾ ਤੇ ਉਧਰ ਦੇ ਕੋਚਸ ਨੇ ਗੱਲ ਕੀਤੀ ਪੈਰੈਂਟਸ ਨਾਲ ਕਿ ਇਹ ਇਸ ਚ ਮਤਲਬ ਬਹੁਤ ਟੈਲੈਂਟ ਹੈ ਤੇ ਤੁਸੀਂ ਮਤਲਬ ਇਹਨੂੰ ਐਜ਼ ਅ ਕੈਰੀਅਰ ਵੀ ਚੂਜ਼ ਕਰ ਸਕਦੇ ਹੋ ਟ੍ਰਾਇਲ ਹੋਈ ਸੀ ਕਿ ਮੈਂ ਨਾ ਤੁਹਾਡੇ ਫਾਦਰ ਸਾਹਿਬ ਨਾਲ ਗੱਲਬਾਤ ਕੀਤੀ ਸੀ ਤਾਂ ਸਾਨੂੰ ਉਹਨਾਂ ਨੇ ਦੱਸਿਆ ਸੀ ਕਿ ਤੁਹਾਡੇ ਦੋ ਵਾਰ ਟ੍ਰਾਇਲ ਹੋਏ ਨੇ ਪਹਿਲਾਂ ਜਦੋਂ ਗਏ ਸੀ ਉਹ ਤੋਂ ਰੋਹਿਤ ਸ਼ਰਮਾ ਨਹੀਂ ਸੀ ਹੋਤੇ ਤਾਂ ਉਸ ਤੋਂ ਬਾਅਦ ਤੁਸੀਂ ਫਿਰ ਗਏ ਉਹ ਜ਼ਰੂਰ ਦੱਸੋ ਇੱਥੇ ਉਹ ਕੀ ਕਹਾਣੀ ਪਹਿਲਾਂ ਐਕਚੁਅਲੀ ਜਸਪ੍ਰੀਤ ਬੁੰਮਰਾ ਸੀਗਾ ਉੱਥੇ देन आफ्टर दैट फिर रोहित शर्मा आए सी के ते उन्होंने देखा लाइव ते उस तो बाद ऑब्वियसली फिर ऑक्शंस ते ही सीगा सब कुछ ते उन्होंने वधिया लगया उन्होंने अपना फेथ दिखाया ट्रस्ट दिखाया 578 स्कोरन दी ਤੁਸੀਂ ਜਿਹੜੀ ਪਾਰੀ ਖੇਡੀ ਸੀ ਨਾ ਇਸੇ ਸਾਲ ਦੇ ਵਿੱਚ ਤਾਂ ਉਹ ਪਾਰੀ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਬਹੁਤ ਕਾਰਗਰ ਸਾਬਤ ਹੋਈ ਆ ਆਪਣਾ ਜਿਹੜੇ ਵੀ ਸ਼ਾਟ ਮਾਰਾ ਉਹ ਮਤਲਬ ਛੱਕਾ ਹੀ ਜਾ ਰਿਹਾ ਸੀ ਉਸ ਦਿਨ ਤਾਂ ਮਤਲਬ ਜਿਹੜਾ ਵੀ ਮਾਰਾ ਉਹ ਛੱਕਾ ਮੈਂ ਉਸ ਦਿਨ ਮੈਂ 37 ਛੱਕੇ ਮਾਰਤੇ ਸੀ ਕੀ ਤੁਹਾਨੂੰ ਇਸ ਚੀਜ਼ ਦੇ ਬਾਰੇ ਪਤਾ ਸੀ ਕੋਈ ਆਈਡੀਆ ਸੀ ਕਿ ਹਾਂ ਸਿਲੇਕਟ ਹੋਵਾਂਗਾ ਜਾਂ ਨਹੀਂ ਹੋਵਾਂਗਾ ਜਾਂ ਫਿਰ ਇਹ ਇਹ ਆਈਡੀਆ ਸੀ ਕਿ ਮੁੰਬਈ ਇੰਡੀਅਨਸ ਦੀ ਟੀਮ ਦੇ ਵੱਲੋਂ ਸਿਲੇਕਟ ਕੀਤਾ ਜਾਵਾਂਗਾ ਹਰ ਇੱਕ ਪਲੇਅਰ ਦੇ ਪਿੱਛੇ ਅਸੀਂ ਦੇਖਦੇ ਹਾਂ ਕਿ ਕਿਵੇਂ ਦੌੜਾਂ ਲੱਗਦੀਆਂ ਨੇ ਨਾ ਤਾਂ ਸैम ਕਰਨ ਹੋ ਗਿਆ ਵੈਨਸਟਾਕਸ ਹੋ ਗਿਆ ਇਸ ਦੇਖਿਆ ਕਿ ਉਹ ਕਿਵੇਂ ਉਹਨਾਂ ਪਲੇਅਰਾਂ ਦੇ ਵਿੱਚੇ ਹਰ ਟੀਮ ਭੱਜਦੀ ਹੋਈ ਨਜ਼ਰ ਆਈ ਇਸ ਉਹ ਮਤਲਬ ਸਾਨੂੰ ਵੀ ਨਹੀਂ ਪਤਾ ਹੁੰਦਾ ਕਿਹੜੇ ਮੈਚ ਕਿਹੜਾ ਸਕਾਉਟ ਆ ਕੇ ਦੇਖ ਰਿਹਾ ਹੈ ਤੇ ਸਿਰਫ ਤੁਸੀਂ ਜਿਹਦੇ 578 ਰਨ ਦੀ ਗੱਲ ਕੀਤੀ ਇੱਕ ਹੋਰ ਮੈਨਿੰਗਸ ਖੇਲੀ ਸੀ ਉਹ ਵੀ ਮੈਂ ਉਹ ਰਿਕਾਰਡ ਬ੍ਰੇਕ ਕੀਤਾ ਸੀ ਸ਼ਿਖਰ ਦਾ ਬੰਦਾ ਅਰਸ਼ਦੀਪ ਬੜਾ ਵੱਡਾ ਨਾਮ ਹੈ ਹੁਣ ਉਹ ਭਾਰਤੀ ਕ੍ਰਿਕਟ ਦੇ ਵਿੱਚ ਨਾ ਇੱਕ ਬੜਾ ਵਧੀਆ ਸਤਾਰਾ ਬਣ ਕੇ ਉੱਭਰਿਆ ਅਰਸ਼ਨ ਤਾਂ ਅਰਸ਼ ਦੇ ਨਾਲ ਅਸੀਂ ਏਸ਼ੀਆ ਕੱਪ ਦੇ ਵਿੱਚ ਜੋ ਕੁਝ ਹੋਇਆ ਸੀ ਉਹ ਵੀ ਦੇਖਿਆ ਵਾ 멘ਟਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਉਸ ਟਾਈਮ ਦੇ ਉੱਤੇ ਹੈ ਨਾ ਬੰਦੇ ਦਾ ਕਿ ਹਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਨਾ ਵਾ ਅਰਸ਼ ਤੋਂ ਮੈਂ ਜ਼ਿਆਦਾ ਮਤਲਬ ਸਾਈਕੋਲੋਜੀਕਲੀ ਸਟਰੋਂਗ ਬੰਦਾ ਨਹੀਂ ਦੇਖਿਆ ਮਤਲਬ ਉਹ ਇੰਨਾ ਜ਼ਿਆਦਾ ਸਾਈਕੋਲੋਜੀਕਲੀ ਸਟਰੋਂਗ ਹੈ ਕੀ ਮਤਲਬ ਉਹਨੂੰ ਪਤਾ ਹੈ ਕਿ ਜਿੱਥੇ ਵੀ ਥੋੜੀ ਟਫ ਸਿਚੁਏਸ਼ਨ ਆਂਦੀ ਹੈ ਉਹ ਪੈਕ ਆਊਟ ਨਹੀਂ ਕਰਦਾ ਉਧਰੋਂ ਉਹ ਕਹਿੰਦਾ ਸਭ ਕੋ ਮੈਂ ਜਾ ਕੇ ਬੋਲ ਪਾਣਾ ਜਾਂ ਮੈਂ ਇਹ ਕਰਦਾ ਜਾਂ ਕਿੱਥੇ ਵੀ ਕ੍ਰੂਸ਼ਲ ਸਟੇਜ ਹੋ ਗਈ ਉਹ ਕਹਿੰਦਾ ਮੈਂ ਕਰੂੰਗਾ ਮੈਂ ਕਰੂੰਗਾ ਉਹਨੂੰ ਮਤਲਬ ਸੈਲਫ ਬਲੀਫ ਬਹੁਤ ਹੈ ਜੋ ਕਿ ਬਹੁਤ ਜ਼ਰੂਰੀ ਹੈ ਮੈਂ ਉਹਨੂੰ ਪਰਸਨਲੀ ਮਿਹਨਤ ਕਰਦੇ ਹੋਏ ਦੇਖਿਆ ਹੈ ਕਿਉਂਕਿ ਅਸੀਂ ਕੈਂਪਸ ਵਗੈਰਾ ਬਹੁਤ ਲਾਂਦੇ ਆ ਕਿਸ ਟਾਈਮ ਤੇ ਕੀ ਖਾਣਾ ਜਿਮ ਕਿਵੇਂ ਕਰਨਾ ਕਿੰਨੀ ਬੋਲ ਪਾਣੀ ਹੈ ਪ੍ਰੈਕਟਿਸ 'ਚ ਮਤਲਬ ਮੈਚੇਸ 'ਚ ਕੀ ਕਰਨਾ ਉਹ ਸਭ ਕੁਝ ਉਹਨੂੰ ਬਹੁਤ ਸਾਫ ਤਾਪ ਸੀਗਾ ਜੀ ਦੇਖੋ ਫੇਲਿਅਰਸ ਹਰ ਕਿਸੇ ਦੇ ਕਰੀਅਰ ਚ ਆਉਂਦੇ ਆ ਨਾਟ ਓਨਲੀ ਅ სპੋਰਟਸਮੈਨ ਬਟ ਕੋਈ ਬਿਜ਼ਨਸਮੈਨ ਹੈ ਕੋਈ ਕੁਝ ਵੀ ਕਿਸੇ ਵੀ ਫੀਲਡ ਚ ਆ ਰਹੇ ਨੇ ਮੈਂ ਵੀ ਹਰ ਇੱਕ ਮੈਚ ਸੌ ਨਹੀਂ ਬਣਾਉਂਦਾ ਜਾ ਕੇ ਮੈਂ ਵੀ ਹਰ ਇੱਕ ਮੈਚ ਪੰਜ ਵਿਕਟਾਂ ਨਹੀਂ ਕੱਢਦਾ ਜਾ ਕੇ ਕਹਿੰਦੇ ਆ ਨਾ ਕਿ ਫੇਲਿਅਰਸ ਤੋਂ ਲਰਨ ਕਰਨਾ ਚਾਹੀਦਾ ਬਟ ਮੈਂ ਇੱਕ ਚੀਜ਼ ਮੈਂ ਆਪਣੇ ਸਕਸੈਸ ਤੋਂ ਵੀ ਲਰਨ ਕਰਦਾ ਮਤਲਬ ਮੋਸਟ ਆਫ ਦਾ ਪਲੇਅਰਸ ਇਹ ਸੋਚਦੇ ਕਿ ਮੇਰੇ ਤੋਂ ਵਧੀਆ ਕਿਉਂ ਨਹੀਂ ਹੋ ਰਿਹਾ ਬਟ ਮੈਨੂੰ ਡਿਫਰੈਂਟਲੀ ਸੋਚਦਾ ਕਿ ਮੇਬੀ ਇਹ ਮੇਰੀ ਥਿੰਕਿੰਗ ਨੇ ਮੈਨੂੰ ਹੈਲਪ ਕੀਤੀ ਕਿਹੜਾ ਅਜੀਹਾ ਪਲੇਅਰ ਹੈ ਜਿਹਨੂੰ ਤੁਸੀਂ ਫ ਸਚਿਨ ਦੰਦੂਲਕਰ ਰਾਹੁਲ ਦਰਵੇੜ ਸੂਰਯ ਕੁਮਾਰ ਯਾਦਵ ਵਿਰਾਟ ਕੋਹਲੀ ਯੁਵਰਾਜ ਸਿੰਘ ਮਤਲਬ ਮੈਂ ਇਹਨਾਂ ਨੂੰ ਆਈਡਲਾਈਜ਼ ਕਰਦਾ ਮੈਨੂੰ ਇਹਨਾਂ ਦੀ ਬੈਟਿੰਗ ਸਟਾਈਲ ਬਹੁਤ ਵਧੀਆ ਲੱਗਦੀ ਕਿਉਂਕਿ ਮੈਂ ਵੀ ਪਰਸਨਲੀ ਇੱਕ ਅਟੈਕਿੰਗ ਪਲੇਅਰ ਹਾਂ ਖਾਸ ਗੱਲ ਇਹ ਹੈ ਕਿ ਮੁੰਡਾ ਆਈਪੀਐਲ ਦੇ ਵਿੱਚ ਸਚਿਨ ਤੰਦੂਲਕਰ ਵਰਗਿਆਂ ਦੇ ਨਾਲ ਜਿਹੜਾ ਸਾਥ ਨਿਭਾਉਂਦਾ ਹੋਇਆ ਨਜ਼ਰ ਆਏਗਾ ਦੈਲੀ ਪੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੁਲੇ ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਖੇਡਾਂ ਦੇ ਵਿੱਚ ਕ੍ਰਿਕਟ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਕਿਉਂਕਿ ਪੂਰੇ ਭਾਰਤ ਦੇ ਵਿੱਚ ਕ੍ਰਿਕਟ ਨੂੰ ਚਾਹਣ ਵਾਲੇ ਵੀ ਬਹੁਤ ਨੇ ਤੇ ਕ੍ਰਿਕਟ ਖੇਡਣ ਵਾਲੇ ਵੀ ਬਹੁਤ ਨੇ ਪਰ ਉਹਨਾਂ 11 ਖਿਡਾਰੀਆਂ ਦੇ ਵਿੱਚ ਪਹੁੰਚਣਾ ਬਹੁਤ ਮੁਸ਼ਕਲ ਹੁੰਦਾ ਹੈ ਜਿਹੜੇ 11 ਖਿਡਾਰੀ ਦੇਸ਼ ਦੇ ਲਈ ਖੇਡਦੇ ਨੇ ਤੇ ਅੱਜ ਅਸੀਂ ਇੱਕ ਅਜਿਹੇ ਨੌਜਵਾਨ ਦੇ ਕੋਲ ਪਹੁੰਚੇ ਹਾਂ ਜਿਹੜਾ ਉਹਨਾਂ 11 ਖਿਡਾਰੀਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਹੀ ਬੇਤਾਬ ਹੈ ਤੇ ਜਲਦ ਹੀ ਉਹ ਨਾ 11 ਖਿਡਾਰੀਆਂ ਦੇ ਵਿੱਚ ਪਹੁੰਚ ਸਕਦਾ ਹੈ ਤੇ ਅਸੀਂ ਗੱਲ ਕਰਾਂਗੇ ਅੱਜ ਆਈਪੀਐਲ ਦੇ ਵਿੱਚ ਸਿਲੈਕਟ ਹੋਏ ਮੁੰਡੇ ਨਿਹਾਲ ਬਡੇਰਾ ਦੇ ਪੰਜਾਬ ਦਾ ਮੁੰਡਾ ਹੈ ਜੀ ਔਰ ਲੁਧਿਆਣੇ ਸ਼ਹਿਰ ਦਾ ਰਹਿਣ ਵਾਲਾ ਹੈ ਮੇਰੇ ਨਾਲ ਉਹਨਾਂ ਗੱਲਬਾਤ ਕਰਾਂਗੇ ਤੇ ਇੱਕ ਖਾਸ ਗੱਲ ਇਹ ਹੈ ਕਿ ਮੁੰਡਾ ਆਈਪੀਐਲ ਦੇ ਵਿੱਚ ਸਚਿੰਤ ਤੰਦੂਲਕਰ ਵਰਗਿਆਂ ਦੇ ਨਾਲ ਜਿਹੜਾ ਸਾਥ ਨਿਭਾਉਂਦਾ ਹੋਇਆ ਨਜ਼ਰ ਆਏਗਾ ਔਰ ਰੋਹਿਤ ਸ਼ਰਮਾ ਦੇ ਨਾਲ ਜਿਹੜਾ ਖੇਡਦਾ ਹੋਇਆ ਦਿਖੇਗਾ ਤਾਂ ਨਾਲ ਨਿਹਾਲ ਹੈ ਗੱਲਬਾਤ ਕਰ ਲੈਂਦੇ ਆ ਨਿਹਾਲ ਦੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਨੇ ਤੁਹਾਡੀ ਜਿਹੜੀ ਸਿਲੈਕਸ਼ਨ ਆ ਉਹ ਆਈਪੀਐਲ ਦੀ ਟੀਮ ਦੇ ਵਿੱਚ ਹੋਈ ਆ ਤੇ ਟੀਮ ਵੀ ਉਹ ਜਿਹੜੀ ਆਈਪੀਐਲ ਇਤਿਹਾਸ ਦੀ ਸਭ ਤੋਂ ਵੱਧ ਇੱਕ ਟਰੋਫੀਆਂ ਜਿੱਤਣ ਵਾਲੀ ਟੀਮ ਹੈ ਜੀ ਥੈਂਕ ਯੂ ਸੋ ਮੱਚ ਤੇ ਮੈਂ ਬਹੁਤ ਗ੍ਰੇਟਫੁਲ ਐ ਕਿ ਮੈਨੂੰ ਇਦਾਂ ਦੀ ਓਪਰਚੁਨਿਟੀ ਮਿਲੀ ਐ ਕਿ ਮੁੰਬਈ ਇੰਡੀਅਨਸ ਨੇ ਮੇਰੇ ਚ ਫੇਥ ਦਿਖਾਇਆ ਤੇ ਮੈਂ ਬਹੁਤ ਹੀ ਥੈਂਕਫੁਲ ਹਾਂ ਉਹਨਾਂ ਦੀ ਮੈਨੇਜਮੈਂਟ ਦਾ ਤੇ ਮੈਂ ਮਤਲਬ ਇਹ ਮੇਰੀ ਮਿਹਨਤ ਸੀਗੀ ਤੇ ਮੇਰਾ ਹਾਰਡ ਵਰਕ ਸੀਗਾ ਜੋ ਕਿ ਮੈਨੂੰ ਮੈਨੂੰ ਇੱਥੇ ਤੱਕ ਲੈ ਕੇ ਆਇਆ ਤੇ ਮੇਰੀ ਫੈਮਿਲੀ ਦਾ ਸਪੋਰਟ ਸੀਗਾ ਮੇਰੇ ਫੈਮਿਲੀ ਮੈਂਬਰਸ ਦੇ ਸਪੋਰਟ ਤੋਂ ਬਗੈਰ ਮੈਨੂੰ ਨਹੀਂ ਲੱਗਦਾ ਮੈਂ ਇੱਥੇ ਤੱਕ ਪਹੁੰਚ ਪਾਉਂਦਾ ਤੇ ਮੈਂ ਬਹੁਤ ਥੈਂਕਫੁਲ ਹਾਂ ਆਪਣੇ ਕੋਚਸ ਦਾ ਜੋ ਕਿ ਮਤਲਬ ਸ਼ੁਰੂ ਤੋਂ ਲੈ ਕੇ ਮਤਲਬ ਹੁਣ ਤੱਕ ਉਹਨਾਂ ਨੇ ਸਪੋਰਟ ਕੀਤੀ ਹੈ ਤੇ ਜੋ ਕਿ ਚਰਨਜੀਤ ਪੰਗੂ ਸਰ ਨੇ ਮੇਰੇ ਜਿਹੜੇ ਕੀ ਰਹੇ ਨੇ ਸਟਾਰਟਿੰਗ ਤੋਂ ਤੇ ਹਰ ਇੱਕ ਸਟੇਜ ਤੇ ਮਤਲਬ ਜਿੰਨੇ ਵੀ ਕੋਚਸ ਰਹੇ ਮੈਂ ਥੈਂਕਫੁਲ ਹਾਂ ਤੇ ਮੈਂ ਹਰਪਜਨ ਸਿੰਘ ਕਾਲਾ ਨੂੰ ਵੀ ਮਤਲਬ ਥੈਂਕ ਕਰਨਾ ਚਾਹੂੰਗਾ ਕਿ ਉਹਨੇ ਮੈਨੂੰ ਆਪਣੀ ਅਕੈਡਮੀ ਚ ਪ੍ਰੈਕਟਿਸ ਕਰਨ ਦੀ ਅਵੇਲੇਬਿਲਟੀ ਦਿੱਤੀ ਜੀ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਜਿਹੜੇ ਕੋਚ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਜਦੋਂ ਕੋਈ ਵੀ ਪਲੇਅਰ ਨਾ ਵੱਡੇ ਮੁਕਾਮ ਤੇ ਪਹੁੰਚ ਜਾਂਦਾ ਤੇ ਬਹੁਤ ਸਾਰੇ ਪਲੇਅਰ ਅਜਿਹੇ ਹੁੰਦੇ ਆ ਜਿਹੜੇ ਉਹਨਾਂ ਕੋਚਾਂ ਨੂੰ ਭੁੱਲ ਜਾਂਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਸ਼ੁਰੂਆਤੀ ਲੈਵਲ ਤੋਂ ਨਾ ਸਿਖਾਇਆ ਹੁੰਦਾ ਵਾ ਕਿ ਪਹਿਲੀ ਪੌੜੀ ਚੜ੍ਹਨਾ ਜਿਹੜਾ ਸਿਖਾਇਆ ਜਾਂਦਾ ਪਰ ਤੁਸੀਂ ਇਹ ਵੀ ਉਹਨਾਂ ਨੂੰ ਯਾਦ ਰੱਖ ਰਹੇ ਹੋ ਤਾਂ ਇਹ ਵੀ ਵੱਡੀ ਗੱਲ ਆ ਤਾਂ ਹੁਣ ਇੱਥੇ ਆਪਾਂ ਗੱਲ ਕਰੀਏ ਜੀ ਆਈਪੀਐਲ ਦੀ ਦੁਨੀਆ ਦੀ ਸਭ ਤੋਂ ਵੱਡੀ ਲੀਗ ਮੰਨੀ ਜਾਂਦੀ ਆ ਆਈਪੀਐਲ ਨੂੰ ਔਰ ਆਈਪੀਐ ਤੁਸੀਂ ਉੱਥੇ ਤੱਕ ਪਹੁੰਚਣ ਦੇ ਲਈ ਕਿੰਨੀ ਕ ਮਿਹਨਤ ਕੀਤੀ ਹੈ ਉਹ ਵੀ ਜ਼ਰੂਰ ਸਾਂਝਾ ਕਰੋ ਔਰ ਕਿਵੇਂ ਉੱਥੇ ਤੱਕ ਪਹੁੰਚਣ ਦਾ ਸੁਪਨਾ ਜਿਹੜਾ ਸਕਾਰ ਹੋਇਆ ਉਹ ਜੀ ਮਿਹਨਤ ਓਬਵੀਅਸਲੀ ਕੋਈ ਵੀ ਹਰ ਇੱਕ ਫੀਲਡ ਮਤਲਬ ਤੁਸੀਂ ਮਿਹਨਤ ਤੋਂ ਵਗੈਰਾ ਸਕਸੈਸਫੁਲ ਨਹੀਂ ਹੋ ਸਕਦੇ ਹੋ ਤਾਂ ਸਿੱਧੀ ਜੀ ਗੱਲ ਹੈ ਇਹ ਸਿਰਫ ਕ੍ਰਿਕਟ ਦੀ ਗੱਲ ਨਹੀਂ ਕਰ ਰਿਹਾ ਜਾਂ ਕੋਈ ਹੋਰ ਸਪੋਰਟਸ ਫੀਲਡ ਦੀ ਨਹੀਂ ਜਿਨੇ ਵੀ ਸਕਸੈਸਫੁਲ ਬੰਦੇ ਨੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਹਾਰਡ ਵਰਕ ਤੋਂ ਬਗੈਰ ਉੱਥੇ ਪਹੁੰਚਿਆ ਹੋਊਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਰ ਇੱਕ ਫੀਲਡ ਕਿੰਨਾ ਕੰਪੀਟੀਸ਼ਨ ਹੈ ਤੁਸੀਂ ਸਟੈਂਡ ਆਊਟ ਕਰਨਾ ਤਾਂ ਤੇ ਮੈਂ ਮਤਲਬ ਮੇਰੇ ਨੂੰ ਇਹ ਸੀਗਾ ਕਿ ਮੈਂ ਹਰ ਰੋਜ਼ ਆਪਣਾ ਪ੍ਰੈਕਟਿਸ ਵਗੈਰਾ ਰੋਜ਼ ਕਰਦਾ ਸੀਗਾ ਤੇ ਉਹ ਹਾਰਡ ਵਰਕ ਕਰਕੇ ਉਹ ਛੋਟਾ ਛੋਟਾ ਹਾਰਡ ਵਰਕ ਮਤਲਬ ਇਨਾ ਵੱਡਾ ਮਤਲਬ ਉਹ ਹੋ ਗਿਆ ਕਿ ਮਤਲਬ ਅੱਜ ਮੈਂ ਮੈਂ ਸੋਚਿਆ ਨਹੀਂ ਸੀਗਾ ਆਪਕਿ ਮੈਂ ਆਈਪੀਐਲ ਖੇਡ ਜਾਊਂਗਾ ਇਨੀ ਛੇਤੀ ਪਰ ਮਤਲਬ 올 ਥੈਂਕਸ ਟੂ ਦਾ ਮੈਨੇਜਮੈਂਟ ਕੀ ਉਹਨਾਂ ਨੇ ਮੈਨੂੰ ਪਿਕ ਕੀਤਾ ਜੀ ਤੁਹਾਡੇ ਇੱਥੇ ਵੀ ਹੋਰ ਤੁਹਾਡੇ ਤੋਂ ਪੁੱਛਣੀ ਚਾਹਾਂਗਾ ਕਿ ਸ਼ੁਰੂਆਤ ਆ ਜਿਹੜੀ ਉਹ ਇਸ ਗੇਮ ਦੇ ਵਿੱਚ ਆਉਣ ਦੀ ਕਿਵੇਂ ਹੋਈ ਤੁਹਾਡਾ ਖੁਦ ਦਾ ਸੁਪਨਾ ਸੀ ਜਿਹੜਾ ਇਸ ਗੇਮ ਦੇ ਵੱਲ ਆਉਣ ਦਾ ਜਾਂ ਫਿਰ ਕੋਈ ਹੋਰ ਕਾਰਨ ਰਿਹਾ ਕਾਰਨ ਕੀ ਬਣਿਆ ਇਹੀ ਗੇਮ ਕਿਉਂ ਚੁਣੀ ਗਈ ਕੋਈ ਹੋਰ ਗੇਮ ਕਿਉਂ ਨਹੀਂ ਚੁਣੀ ਜੀ ਐਦਾਂ ਮੈਨੂੰ ਫੁੱਟਬਾਲ ਦਾ ਵੀ ਬਹੁਤ ਸ਼ੌਂਕ ਸੀਗਾ ਛੋਟੇ ਨੂੰ ਤੋਂ ਪਰ ਨਾ ਸਮਰ ਵਕੇਸ਼ਨਸ ਹੋਈਆਂ ਸੀਗੀਆਂ ਜੀ ਮੈਂ ਜਦ 5th ਸੀਗਾ ਆਈ ਗੈਸ ਤੇ ਉਧਰ ਮਤਲਬ ਮੇਰੇ ਮਦਰ ਨੇ ਮੈਨੂੰ ਨਾ ਇੱਕ ਕਲੱਬ ਹੈਗਾ ਸਾਊਥ ਸਿਟੀ ਚ ਉੱਥੇ ਮੈਨੂੰ ਮਤਲਬ ਭਰਤੀ ਕਰਾਇਆ 15 ਦਿਨ ਦਾ ਕੈਂਪ ਸੀਗਾ ਤੇ ਮੈਂ ਸਭ ਤੋਂ ਛੋਟਾ ਸੀਗਾ ਉੱਧਰ ਤੇ ਉਹ 15 ਡੇਜ਼ ਦੇ ਕੈਂਪ ਤੋਂ ਬਾਅਦ ਮੈਂ ਬੈਸਟ ਪਲੇਅਰ ਡਿਕਲੇਅਰ ਹੋਇਆ ਸੀਗਾ ਉੱਧਰ ਦਾ ਤੇ ਉੱਧਰ ਦੇ ਕੋਚਸ ਨੇ ਗੱਲ ਕੀਤੀ ਪੇਰੈਂਟਸ ਨਾਲ ਕਿ ਇਹ ਇਸ ਚ ਮਤਲਬ ਬਹੁਤ ਟੈਲੈਂਟ ਹੈ ਤੇ ਤੁਸੀਂ ਮਤਲਬ ਇਹਨੂੰ ਐਜ਼ ਅ ਕਰੀਅਰ ਵੀ ਚੂਜ਼ ਕਰ ਸਕਦੇ ਹੋ ਹਾਲਾਂਕਿ ਛੋਟੇ ਹੁੰਦੇ ਤਾਂ ਕੋਈ ਇੰਨਾ ਸੋਚਦਾ ਤੇ ਫਿਰ ਮੈਂ professionl academy join ਕੀਤੀ ਉੱਧਰ ਜਾ ਕੇ ਫਿਰ ਮੈਂ 1 ਸਾਲ ਚ ਹੀ ਮੈਂ ਅੰਡਰ 14 ਸਟੇਟ ਖੇਡ ਗਿਆ ਪੰਜਾਬ ਲਈ ਤੇ ਉਹ ਮੈਂ ਕਪਤਾਨ ਵੀ ਬਣ ਗਿਆ ਸੀ ਉਸੇ ਸਾਲ ਤੇ ਫਿਰ ਉਧਰੋਂ ਫਿਰ ਮੇਰੀ ਬਸ ਸ਼ੁਰੂ ਹੋ ਗਈ ਜਰਨੀ ਫਿਰ ਉਧਰ ਤੋਂ ਮੈਂ ਆਪਣਾ 16 18 19 स्टेट, 25 ਰஞ்சிਟ ਟਰਾਫੀ ਅੰਡਰ 19 ਇੰਡੀਆ ਤੇ ਹੁਣ ਆਈਪੀਐਲ ਤੇ ਅੱਗੇ ਦੇਖੋ ਹੁਣ ਅੱਗੇ ਕੀ ਲਿਖਿਆ ਸਾਡੇ ਲਈ ਉਹ ਵੀ ਦੇਖਦੇ ਹਾਂ ਬਿਲਕੁਲ ਅਸੀਂ ਉਮੀਦ ਕਰਦੇ ਹਾਂ ਕਿ ਆਈਪਲ ਤੋਂ ਅੱਗੇ ਹੁਣ ਫਿਰ ਇੰਡੀਅਨ ਟੀਮ ਬਚਦੀ ਹੈ ਉੱਥੇ ਵੀ ਤੁਹਾਡੀ ਜਲਦੀ ਜਿਹੜੀ ਸੈলেকਸ਼ਨ ਹੋਵੇ ਤੇ ਜਲਦੀ ਅਸੀਂ ਤੁਹਾਨੂੰ ਉਹ ਨੀਲੀ ਜਰਸੀ ਦੇ ਵਿੱਚ ਨਾ ਖੇਡਦੇ ਹੋਏ ਵਿਰਾਟ ਕੋਲੀ ਰੋਹਿਤ ਸ਼ਰਮਾ ਵਰਗੇ ਪਲੇਅਰਾਂ ਦੇ ਨਾਲ ਅਸੀਂ ਦੇਖੀ ਹੈ ਨਾ ਤੇ ਇੱਕ ਚੀਜ਼ ਇੱਥੇ ਇਹ ਵੀ ਆ ਇੱਕ 578 ਸਕੋਰਾਂ ਦੀ ਤੁਸੀਂ ਜਿਹੜੀ ਪਾਰੀ ਖੇਡੀ ਸੀ ਨਾ ਇਸੇ ਸਾਲ ਦੇ ਵਿੱਚ ਤਾਂ ਉਹ ਪਾਰੀ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਬਹੁਤ ਕਾਰਗਰ ਸਾਬਤ ਹੋਈ ਆ ਕਿ ਉਹ ਪਾਰੀ ਨੇ ਤੁਹਾਡਾ ਬਹੁਤ ਨਾਮ ਬਣਾਇਆ ਸੀ ਨਾ ਉਹ ਪਾਰੀ ਜਦੋਂ ਤੁਸੀਂ ਖੇਡ ਰਹੇ ਸੀ ਉਸ ਟਾਈਮ ਮੈਚ ਜਦੋਂ ਚੱਲ ਰਿਹਾ ਸੀ ਕੀ ਚੱਲ ਰਿਆ ਸੀ ਜਦੋਂ ਪਿਚ ਤੇ ਖੜੇ ਸੀ ਤਾਂ ਦਿਮਾਗ ਚ ਕਿਹੜੀਆਂ ਚੀਜ਼ਾਂ ਘੁੰਮ ਰੀਆਂ ਸੀ ਕਿਹੜਾ ਕਿਹੜੀ ਕਿਹੜੀ ਗੱਲ ਆ ਰਹੀ ਸੀ ਕਿ ਯਾਰ ਹਾਂ ਕਿੱਦਾਂ ਪਲੇ ਕਰਨਾ ਨਾ ਕਿਉਂਕਿ ਬਹੁਤ ਸਾਰੀਆਂ ਸਿਚੁਏਸ਼ਨ ਦੇ ਹਿਸਾਬ ਨਾਲ ਆਪਾਂ ਉਸ ਟਾਈਮ ਤੇ ਗੱਲਾਂ ਹੁੰਦੀਆਂ ਤਾਂ ਉਹ ਪਾਰੀ ਬਾਰੇ ਵੀ ਜ਼ਰੂਰ ਇੱਥੇ ਜ਼ਿਕਰ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾ ਜੀ ਉਹ ਮੈਚ ਸੀਗਾ ਲੁਧਿਆਣਾ ਵਰਸਸ ਬਟਿੰਡਾ ਤੇ ਸਾਡੇ ਪੰਜਾਬ ਦੇ ਸਿਲੈਕਸ਼ਨ ਮੈਚੇਸ ਚੱਲ ਰਹੀ ਸੀ ਕਿ 125 ਦੀ ਸਟੇਟ ਦੀ ਟੀਮ ਬੰਨੀ ਸੀ ਉਸ ਤੋਂ ਤੇ ਉਹ ਸੈਮੀ ਫਾਈਨਲ ਮੈਚ ਸੀਗਾ ਤੇ ਮੈਂ ਉਸ ਚ ਆ 3 ਨੰਬਰ ਤੇ ਗਿਆ ਸੀ ਮਤਲਬ 1 ਡਾਊਨ ਤੇ ਫਿਰ ਮੈਂ ਜਾ ਕੇ ਆਪਣਾ ਪਹਿਲਾ ਫਰਸਟ ਡੇ ਚ ਮੈਂ 250 ਕੀਤਾ ਤੇ ਮੈਂ ਘਰ ਵਾਪਸ ਆਇਆ ਸੀ ਮੈਨੂੰ ਅਜੇ ਵੀ ਯਾਦ ਹੈ ਤੇ ਮੈਂ ਘਰੇ ਆ ਕੇ ਇਦਾਂ ਪੇਰੈਂਟਸ ਨਾਲ ਬੈਠਾ ਤੇ ਉਹਨਾਂ ਨੂੰ ਕਿਹਾ ਮੈਂ 300 ਬਨਾਨੀ ਹੈ ਕਿਸੇ ਵੀ ਤਰ੍ਹਾਂ ਮੈਂ ਥੋੜਾ ਕੱਲ ਜਾ ਕੇ ਟਾਈਮ ਲਾਉਂਗਾ ਆਪਣਾ ਤੇ 300 ਬਨ ਗਈ ਸੀ ਕੀ ਉਸ ਤੋਂ ਬਾਅਦ ਮੈਂ ਆਪਣਾ ਫ੍ਰੀਲੀ ਖੇਡਿਆ ਤੇ ਮੈਂ ਆਪਣਾ ਜਿਹੜੇ ਵੀ ਸ਼ਾਟ ਮਾਰਾ ਉਹ ਮਤਲਬ ਛੱਕਾ ਹੀ ਜਾ ਰਿਹਾ ਸੀ ਉਸ ਦਿਨ ਤਾਂ ਮਤਲਬ ਜਿਹੜਾ ਵੀ ਮਾਰਾਂ ਉਹ ਛੱਕਾ ਮੈਂ ਉਸ ਦਿਨ ਮੈਂ 37 ਛੱਕੇ ਮਾਰਤੇ ਸੀ ਤੇ ਉਹ ਵੀ ਰਿਕਾਰਡ ਹੈ ਮਤਲਬ ਸੈਕੰਡ ਹਾਈएस्ट ਮਤਲਬ ਪਹਿਲਾ 42 ਚੌਕ ਕੇ ਸੀਗੇ ਤੇ 39 6ਸ ਦਾ ਰਿਕਾਰਡ ਸੀ ਮੈਨੂੰ ਪਤਾ ਨਹੀਂ ਸੀ ਹਾਲਾ ਕਿ ਤੇ ਮੈਨੂੰ ਯਾਦ ਆ ਤ 39 ਨਹੀਂ ਮੈਨਸ ਸੀਗਾ 499 ਤੇ ਯਾ 498 ਤੇ ਲੰਚ ਟਾਈਮ ਹੋਇਆ ਸਾਡਾ ਤੇ ਮੈਂ ਬਾਹਰ ਆਇਆ ਤੇ ਸਾਡੇ ਐਲਡੀਸੀ ਦਾ ਦੀ ਮੈਨੇਜਮੈਂਟ ਸੀਗੀ ਸਨੀਪੱਲਾ ਸਰ ਆਏ ਸੀਗੇ ਤੇ ਸतीश ਮੰਗਲ ਸਰ ਤੇ ਉਹਨਾਂ ਨੇ ਦੱਸਿਆ 501 ਰਨ ਦਾ ਹੈ ਗੈਸ ਚੰਮਨ ਲਾਲ ਸਰ ਦਾ ਰਿਕਾਰਡ ਹੈ ਕਹਿੰਦੇ ਹੁਣ ਇੱਥੇ ਤੱਕ ਪਹੁੰਚੇ ਆ ਦੋ ਤਿੰਨ ਰਨ ਆਰਾਮ ਨਾਲ ਬਣਾ ਲਈ ਕੋਈ ਉਹ ਨਾ ਕਰੀ ਮੈਂ ਜਾ ਕੇ ਦੋ ਤਿੰਨ ਰਨ ਆਰਾਮ ਨਾਲ ਬਣਾਏ ਉਸ ਤੋਂ ਬਾਅਦ ਬਸ ਫਿਰ 578 ਤੱਕ ਮੈਂ ਮਤਲਬ ਮਨ ਲਾਦਾ 15 ਮਿੰਟ ਤੱਕ ਪਹੁੰਚ ਗਿਆ ਸੀ ਤਮੇ ਲੋ ਚੱਕੀ ਮਤਲਬ ਮਾਰੀ ਜਾ ਰਹੀ ਸੀ ਜਿਹੜੀ ਲੱਗ ਰਹੀ ਸੀ ਉਹ ਚੱਕਾ ਹੀ ਜਾ ਰਹੀ ਸੀ ਉਸ ਦਿਨ ਬਿਲਕੁਲ ਜੀ ਤਾਂ ਮੈਨੂੰ ਲੱਗਦਾ ਨਾ ਉਹ ਪਾਰੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਵਾ ਕਿਉਂਕਿ ਉਸ ਪਾਰੀ ਤੋਂ ਬਾਅਦ ਤੁਸੀਂ ਕਾਫੀ ਜ਼ਿਆਦਾ ਹਾਈਲਾਈਟ ਵੀ ਹੋਏ ਹੋ ਔਰ ਲੋਕਾਂ ਦੀਆਂ ਨਜ਼ਰਾਂ 'ਚ ਵੀ ਆਏ ਹੋ ਨਾ ਤਾਂ ਵੀ ਇਹ ਇੱਕ ਵੱਖਰੀ ਗੱਲ ਹੈ ਪਰ ਇਹ ਵੀ ਆ ਕਿ ਤੁਸੀਂ ਜਿਹੜੀ ਮਿਹਨਤ ਕੀਤੀ ਹੈ ਸ਼ੁਰੂਆਤ ਤੋਂ ਲੈ ਕੇ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵਾ ਉਹ ਵੀ ਇਸ ਪਿੱਛੇ ਮਿਹਨਤ ਆ ਨਾ ਕਬੜੀ ਮਿਹਨਤ ਆ ਇੱਥੇ ਤੱਕ ਆਉਣ ਦੇ ਲਈ ਤੇ ਹੁਣ ਜਿਵੇਂ ਟਰੈਲ ਹੋਏ ਸੀ ਕਿ ਮੈਂ ਨਾ ਤੁਹਾਡੇ ਫਾਦਰ ਸਾਹਿਬ ਨਾਲ ਗੱਲਬਾਤ ਕੀਤੀ ਸੀ ਤਾਂ ਸਾਨੂੰ ਉਹਨਾਂ ਨੇ ਦੱਸਿਆ ਸੀ ਕਿ ਤੁਹਾਡੇ ਦੋ ਵਾਰ ਟਰੈਲ ਹੋਏ ਨੇ ਪਹਿਲਾਂ ਜਦੋਂ ਗਏ ਸੀ ਉਹ ਤੋਂ ਰੋਹਿਤ ਸ਼ਰਮਾ ਨਹੀਂ ਸੀ ਹੋਤੇ ਤਾਂ ਉਸ ਤੋਂ ਬਾਅਦ ਤੁਸੀਂ ਫਿਰ ਗਏ ਉਹ ਜ਼ਰੂਰ ਦੱਸੋ ਇੱਥੇ ਉਹ ਕੀ ਕਹਾਣੀ ਹੈ ਜੀ ਪਹਿਲਾਂ ਜਦ ਮੈਂ ਗਿਆ ਸੀਗਾ ਤਾਂ ਸ਼ਾਇਦ ਰੋਹਿਤ ਸ਼ਰਮਾ ਤਾਂ ਸ਼ਾਇਦ ਇੰਡੀਅਨ ਟੀਮ ਦਾ ਕੋਈ ਟੂਰ ਚੱਲ ਰਿਹਾ ਸੀ ਮੈਂ ਸ਼ੋਰ ਨਹੀਂ ਕਿਹੜਾ ਤੇ ਮੈਂ ਉਸ ਦਿਨ ਵਧੀਆ ਕੀਤਾ ਤੇ ਮੈਨੂੰ ਮੈਨੇਜਮੈਂਟ ਨੇ ਕਿਹਾ ਸੀਗਾ ਕਿ ਤੈਨੂੰ ਅਸੀਂ ਇੱਕ ਹੋਰ ਵਾਰੀ ਬੁਲਾਵਾਂਗੇ ਤੇ ਮੈਂ ਬਿਜ਼ੀ ਹੋ ਗਿਆ ਥੋੜੇ ਮੈਚਸ ਲਈ ਤੇ ਉਹਨਾਂ ਦਾ ਕਾਲ ਆਇਆ ਤੇ ਮੈਂ ਕਿਹਾ ਹੁਣ ਮੈਂ ਅਵੇਲੇਬਲ ਹਾਂ ਤੇ ਉਹਨਾਂ ਨੇ ਮੈਨੂੰ ਦੁਬਾਰਾ ਬੁਲਾਇਆ ਤਾਂ ਫਿਰ ਪਹਿਲਾਂ ਐਕਚੁਅਲੀ ਜਸਪ੍ਰੀਤ ਬੁੰਮਰਾ ਸੀਗਾ ਉੱਥੇ ਤੇ ਦੈਨ ਆਫਟਰ ਥੈਟ ਫਿਰ ਰੋਹਿਤ ਸ਼ਰਮਾ ਆਏ ਸੀਗੇ ਤੇ ਉਹਨਾਂ ਨੇ ਦੇਖਿਆ ਲਾਈਵ ਤੇ ਉਸ ਤੋਂ ਬਾਅਦ ਆਬਵੀਅਸਲੀ ਫਿਰ ਆਕਸ਼ਨਸ ਤੇ ਹੀ ਸੀਗਾ ਸਭ ਕੁਝ ਤੇ ਉਹਨਾਂ ਨੂੰ ਵਧੀਆ ਲੱਗਿਆ ਉਹਨਾਂ ਨੇ ਆਪਣਾ ਫੇਸ ਦਿਖਾਇਆ ਟਰਸਟ ਦਿਖਾਇਆ ਤੇ ਮੈਂ ਮਤਲਬ ਮੈਂ ਆਪਣੇ ਆਪ ਤੇ ਬਲੀਵ ਰੱਖਦਾ ਹਾਂ ਕਿ ਮੈਂ ਵੀ ਉਹਨਾਂ ਦੇ ਮਤਲਬ ਜੋ ਵੀ ਟਰਸਟ ਫੇ ਦਿਖਾਇਆ ਉਹਨਾਂ ਨੇ ਮੇਰੇ ਉਤੇ ਮੈਂ ਹੌਪਫੁਲੀ ਚੰਗਾ ਹੀ ਕਰੂੰਗਾ ਅੱਗੇ ਜਾ ਕੇ ਸਾਡੀਆਂ ਵੀ ਦਵਾਵਾਂ ਨੇ ਚੰਗੇ ਲਈ ਤੇ ਮੈਂ ਇੱਕ ਚੀਜ਼ ਇੱਥੇ ਹੋਰ ਜਾਨਣਾ ਚਾਹਾਂਗਾ ਜਿਵੇਂ ਤੁਸੀਂ ਜ਼ਿਕਰ ਕੀਤਾ ਰੋਹਿਤ ਸ਼ਰਮਾ ਤੇ ਜਸਪ੍ਰਿਤ ਬੁਮਰਾ ਉੱਥੇ ਸੀ ਦੋਵੇਂ ਦਿੱਗਜ ਪਲੇਅਰ ਨੇ ਨਾ ਔਰ ਭਾਰਤੀ ਟੀਮ ਦੇ ਲਈ ਲਗਾਤਾਰ ਖੇਡਦੇ ਆ ਰਹੇ ਨੇ ਤਾਂ ਜਦੋਂ ਟ੍ਰਾਇਲ ਚੱਲ ਰਹੀ ਸੀ ਤਾਂ ਉਹ ਵੀ ਉਸ ਗਰਾਊਂਡ ਦੇ ਵਿੱਚ ਸੀਗੇ ਜਾਂ ਬੁਮਰਾ ਵਗੈਰਾ ਨੇ ਉਹਨਾਂ ਨੇ ਤੁਹਾਨੂੰ ਬੋਲਿੰਗ ਕੀਤੀ ਸੀ ਜਾਂ ਕਿੱਦਾਂ ਉਹ ਟ੍ਰਾਇਲ ਵਗੈਰਾ ਸੀ ਸੋ ਉਹ ਇੱਕ ਵਾਰ ਚ ਚੀਜ਼ ਨੂੰ ਸਮਝੀ ਕਰੋ ਜੀ ਬੁਮਰਾ ਐਕਚੁਅਲੀ ਮੈਨੂੰ ਯਾਦ ਆ ਗਿਆ ਵਰਲਡ ਕੱਪ ਹੀ ਚੱਲ ਰਿਹਾ ਸੀ ਤਦ ਕਿਉਂਕਿ ਬੁਮਰਾ ਇੰਜਰਡ ਹੋ ਗਏ ਸੀਗੇ ਜਸਪ੍ਰਿਤ ਬੁਮਰਾ ਤੇ ਉਹ ਇਸ ਲਈ ਉਹਨਾਂ ਦੀ ਸ਼ਾਇਦ ਮੇਰੇ ਘਰ ਨਾਲ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਉੱਥੇ ਆਈ ਡੋਟ ਨੋ ਆਮ ਨਾਟ ਸ਼ੋਰ ਤੇ ਉਹ ਲਾਈਵ ਜੈਸਿਕ ਅੰਪਾਇਰ ਜਿੱਤੇ ਖੜਦੇ ਨੇ ਉੱਥੇ ਆਪ ਖੜ ਕੇ ਉੱਥੇ ਦੇਖ ਰਹੇ ਸੀਗੇ ਹਾਂਜੀ ਤੇ ਉਹਨਾਂ ਨੇ ਬੈਟਿੰਗ ਦੇਖੀ ਮਤਲਬ ਪੂਰਾ ਦੇਖਿਆ ਤੇ ਰੋਹਿਤ ਸ਼ਰਮਾ ਨੈਕਸਟ ਟਾਈਮ ਆਈ ਸੀਗੇ ਤੇ ਉਹਨਾਂ ਦੇ ਐਕਚੁਅਲੀ ਬੰਗਲਾਦੇਸ਼ ਤੋਂ ਹੁਣੇ ਜਦ ਉਹਨਾਂ ਦੇ ਥੰਮ ਤੇ ਇੰਜਰੀ ਨਹੀਂ ਹੋਈ ਸੀਗੀ ਤੇ ਉਹ ਉੱਥੇ ਆਏ ਹੋਏ ਸੀਗੇ ਤਾਂ ਉਹਨਾਂ ਨੇ ਦੇਖਿਆ ਆਪ ਤੇ ਉਹਨਾਂ ਨੇ ਮਤਲਬ ਆਪ ਬੈਠ ਕੇ ਇਕ ਪਾਸੋ ਲਾਈਵ ਅੰਦਰ ਆ ਕੇ ਵੀ ਉਹਨਾਂ ਨੇ ਆਪ ਦੇਖਿਆ ਤੇ ਉਹ ਐਕਚੁਅਲੀ ਬੈਠ ਕੇ ਦੇਖ ਰਹੇ ਸੀਗੇ ਮੈਨੇਜਮੈਂਟ ਦੇ ਨਾਲ ਤੇ ਉਹ ਆਪਸ ਗੱਲਬਾਤ ਕਰ ਰਹੇ ਸੀਗੇ ਜੋ ਕਿ ਸਾਨੂੰ ਨਹੀਂ ਪਤਾ ਕੀ ਹੋ ਰਹੀ ਸੀ ਕਿ ਕਿਉਂਕਿ ਉਹ ਤਾਂ ਆਬਵੀਅਸਲੀ ਉਹਨਾਂ ਦੀ ਅੰਦਰਲੀ ਗੱਲ ਹੈ ਹਾਂਜੀ ਤੇ ਬਸ ਫਿਰ ਉਸ ਤੋਂ ਬਾਅਦ ਅਸੀਂ ਬਸ ਆਕਸ਼ਨ ਦੀ ਵੇਟ ਕਰ ਸਕਦੇ ਹਾਂ ਐਜ਼ ਅ ਪਲੇਅਰ ਜੋ ਕਿ ਆਪਾਂ ਕੀਤੀ ਤੇ ਬਸ ਉਹ ਫਿਰ ਜੋ ਹੋਣਾ ਸੀ ਉਹ ਹੋ ਗਿਆ ਮੁੰਬਈ ਇੰਡੀਅਨਸ ਨੇ ਪਿਕ ਕਰ ਲਿਆ ਤਾਂ ਆਕਸ਼ਨ ਤੋਂ ਪਹਿਲਾਂ ਕੀ ਤੁਹਾਨੂੰ ਇਸ ਚੀਜ਼ ਦੇ ਬਾਰੇ ਪਤਾ ਸੀ ਕੋਈ ਆਈਡੀਆ ਸੀ ਕਿ ਹਾਂ ਸਿਲੈਕਟ ਹੋਵਾਂਗਾ ਜਾਂ ਨਹੀਂ ਹੋਵਾਂਗਾ ਜਾਂ ਫਿਰ ਇਹ ਇਹ ਆਈਡੀਆ ਸੀ ਕਿ ਮੁੰਬਈ ਇੰਡੀਅਨਸ ਦੀ ਟੀਮ ਦੇ ਵੱਲੋਂ ਸਿਲੈਕਟ ਕੀਤਾ ਜਾਵਾਂਗਾ ਕਿਉਂਕਿ ਹੁੰਦਾ ਨਾ ਇੱਕ ਕੋਈ ਬਾਕੀ ਟੀਮਾਂ ਵੀ ਹੈਗੀਆਂ ਨੇ ਹਰੇਕ ਪਲੇਅਰ ਦੇ ਪਿੱਛੇ ਅਸੀਂ ਦੇਖਦੇ ਹਾਂ ਕਿ ਕਿਵੇਂ ਦੌੜਾਂ ਲੱਗਦੀਆਂ ਨੇ ਨਾ ਤਾਂ ਸैम ਕਰਨ ਹੋ ਗਿਆ ਵੈਨਸਟਾਕਸ ਹੋ ਗਿਆ ਦੇਖਿਆ ਕਿ ਉਹ ਕਿਵੇਂ ਉਹਨਾਂ ਪਲੇਅਰਾਂ ਦੇ ਵਿੱਚੇ ਹਰ ਟੀਮ ਭੱਜਦੀ ਹੋਈ ਨਜ਼ਰ ਆਈ ਸੀ ਨਾ ਤਾਂ ਇਹ ਵੀ ਹੁੰਦਾ ਕਿ ਯਾਰ ਕਿਹੜੀ ਟੀਮ ਦੇ ਵਿੱਚ ਜਾਵਾਂਗੇ ਤਾਂ ਉਹ ਕੋਈ ਸੀਗਾ ਉੱਥੇ ਆਈਡੀਆ ਜਾਂ ਤੁਹਾਡਾ ਸੁਪਨਾ ਕਿਹੜੀ ਟੀਮ ਵੱਲੋਂ ਸੀਗਾ ਕਿ ਜਾਵਾ ਤਾਂ ਕਿਹੜੀ ਟੀਮ ਚ ਖੇਡਣਾ ਪਹਿਲਾਂ ਦੇਖੋ ਜੀ ਐ ਐਸ ਅ ਪਲੇਅਰ ਸਾਨੂੰ ਐਕਚੁਅਲੀ ਪਤਾ ਨਹੀਂ ਹੁੰਦਾ ਕਿਹੜੀ ਟੀਮ ਸਾਨੂੰ ਕਿਉਂਕਿ ਸਕਾਉਟਸ ਆਂਦੇ ਨੇ ਸਾਡੇ ਮੈਚੇਸ ਦੇਖਣ ਤੇ ਸਾਨੂੰ ਸਾਨੂੰ ਬਸ ਕਾਲਸ ਆਉਂਦੀ ਹੈ ਡਿਫਰੈਂਟ ਫਰੈਂਚਾਈਜ਼ੀਜ਼ ਦੀ ਕਿ ਅਦਰ ਅਦਰ ਟ੍ਰਾਇਲਸ ਨਹੀਂ ਇਹ ਬੋਤੇ ਉਹ ਮਤਲਬ ਸਾਨੂੰ ਵੀ ਨਹੀਂ ਪਤਾ ਹੁੰਦਾ ਕਿਹੜੇ ਮੈਚ ਕਿਹੜਾ ਸਕਾਉਟ ਆ ਕੇ ਦੇਖ ਰਿਹਾ ਤੇ ਸਿਰਫ ਤੁਸੀਂ ਜਿਵੇਂ 578 ਰਨ ਦੀ ਗੱਲ ਕੀਤੀ ਇੱਕ ਹੋਰ ਮੈਨਿੰਗਸ ਖੇਲੀ ਸੀ ਉਹ ਵੀ ਮੈਂ ਵਰਲਡ ਰਿਕਾਰਡ ਆਪਣਾ ਰਿਕਾਰਡ ਬ੍ਰੇਕ ਕੀਤਾ ਸੀ ਸ਼ਿਖਰ ਦਾ ਬੰਦਾ ਉਹ ਜੀਪੀਆ ਤੇ ਟੂਰਨਾਮੈਂਟ ਹੁੰਦਾ ਉਹਨਾਂ ਨੇ 165 ਬਣਾਈ ਸੀ ਤੇ ਉਧਰੋਂ ਵੀ ਲਾਈਮਲਾਈਟਸ ਆਇਆ ਸੀਗਾ ਮੈਂ ਮੈਂ 171 ਬਣਾਈ ਸੀ 1 ਡੇਜ ਤੇ ਉਧਰੋਂ ਵੀ ਮਤਲਬ ਪਤਾ ਚਲ ਜਾਂਦਾ ਹੈ ਮੀਡੀਆ ਕਵਰੇਜ ਤੋਂ ਕਿ ਇਹ ਕੀਤਾ ਤੇ ਮਤਲਬ ਮੇਬੀ ਇਹ ਸਬ ਸੋਰਸਸ ਦੇ ਥਰੂ ਮੈਨੂੰ ਕਾਲਸ ਆਈ ਮੈਂ ਸਟੇਟ 'ਚ ਵੀ ਕੀਤਾ ਪਰਫਾਰਮੈਂਸ ਤੇ ਉਹਨਾਂ ਨੇ ਫਿਰ ਲਾਈਵ ਦੇਖਿਆ ਤੇ ਬਟ ਹਾਂ ਜੇ ਤੁਸੀਂ ਗੱਲ ਕਰ ਰਹੇ ਹੋ ਉਹ ਵਲੀ ਕੀ ਪਤਾ ਹੁੰਦਾ ਤੇ ਪਲੇਅਰ ਨੂੰ ਪਤਾ ਨਹੀਂ ਹੁੰਦਾ ਇਦਾਂ ਕਿ ਕਿਉਂਕਿ ਸਾਰੀ ਟੀਮਸ ਦੇਖਦੀਆਂ ਤੇ ਸਾਨੂੰ ਉਹ ਪਹਿਲਾਂ ਵੀ ਇਦਾਂ ਦੱਸ ਨਹੀਂ ਸਕਦੇ ਕਿ ਜੀ ਅਸੀਂ ਤੁਹਾਨੂੰ ਪਿਕ ਤੁਹਾਨੂੰ ਪਿਕ ਕਰਾਂਗੇ ਉਹ ਕਿਉਂਕਿ ਉਹ ਆ ਉਹਨਾਂ ਦੀ ਗੱਲ ਹੈ ਤੇ ਉਹਨਾਂ ਦੀ ਅਕੋਰਡਿੰਗ ਟੂ ਸਿਚੁਏਸ਼ਨ ਉਹਨਾਂ ਦੀ ਰਿਕੁਆਇਰਮੈਂਟ ਤੇ ਹੁੰਦਾ ਤੇ ਉਹਨਾਂ ਦੀ ਹਰ ਇੱਕ ਟੀਮ ਦੀ ਡਿਫਰੈਂਟ ਰਿਕੁਆਇਰਮੈਂਟ ਹੁੰਦੀ ਹੈ ਤਾਂ ਸਾਨੂੰ ਵੀ ਨਹੀਂ ਪਤਾ ਤੇ ਉਹ ਤਾਂ ਆਕਸ਼ਨ ਤੇ ਹੀ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਕਿਹੜੇ ਪਲੇਅਰ ਨੇ ਉਹਨਾਂ ਨੂੰ ਚੂਜ਼ ਕਰਨੇ ਕਿ ਉਹਨਾਂ ਨੇ ਤਾਂ ਬਿਲਕੁਲ ਜੀ ਇੱਕ ਬੜੀ ਵਧੀਆ ਟੀਮ ਦੇ ਲਈ ਤੁਹਾਨੂੰ ਮੌਕਾ ਮਿਲਿਆ ਵਾ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਹਾਡੀ ਪਰਫਾਰਮੈਂਸ ਆ ਜਿਹੜੀ ਉਹ ਜਿਸ ਤਰੀਕੇ ਨਾਲ ਪਹਿਲਾਂ ਰਹੀ ਆ ਉਸੇ ਉਸ ਤੋਂ ਵੀ ਕਿਤੇ ਡਬਲ ਵਧੀਆ ਰਹੇ ਉਹ ਤੇ ਸਾਡੀ ਉਮੀਦ ਹੈ ਕਿਉਂਕਿ ਤੁਹਾਡੇ ਨਾਲ ਨਾਲ ਪੰਜਾਬ ਦਾ ਨਾਮ ਰੌਸ਼ਨ ਹੋਏਗਾ ਲੁਧਿਆਣਾ ਦਾ ਨਾਮ ਰੌਸ਼ਨ ਹੋਏਗਾ ਤੇ ਇੱਕ ਚੀਜ਼ ਇੱਥੇ ਮੈਂ ਹੋਰ ਪੁੱਛਣੀ ਚਾਹਾਂਗਾ ਜਿਹੜੇ ਪਲੇਅਰ ਤੁਹਾਡੇ ਨਾਲ ਖੇਡਦੇ ਨੇ ਜਾਂ ਫਿਰ ਹਨਾ ਤੁਹਾਨੂੰ ਦੇਖਦੇ ਨੇ ਤੁਹਾਡੇ ਤੋਂ ਅੱਗੇ ਪਿੱਛੇ ਨੇ ਜਾਂ ਜਿਵੇਂ ਵੀ ਉਹ ਪਲੇਅਰਾਂ ਦੇ ਲਈ ਤੁਸੀਂ ਬਹੁਤ ਇੱਕ ਰੋਲ ਮਾਡਲ ਦੀ ਤਰ੍ਹਾਂ ਨਾਲ ਸਾਹਮਣੇ ਆਏ ਹੋ ਤਾਂ ਉਹ ਪਲੇਅਰ ਬਹੁਤ ਸਾਰੇ ਇਹ ਵੀ ਸੋਚਦੇ ਹੋਣਗੇ ਕਿ ਜੇ ਨਿਹਾਲ ਕਰ ਸਕਦਾ ਤਾਂ ਪਰ ਕਈ ਵਾਰ ਕੀ ਹੁੰਦਾ ਨਾ ਡੋਲ ਜਾਂਦਾ ਬੰਦਾ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਕੋਈ ਮੰਨ ਲਓ ਰਨ ਨਹੀਂ ਬਣਦੇ ਕਿਸੇ ਦੇ ਜਾਂ ਵਿਕਟ ਨਹੀਂ ਮਿਲਦੀ ਤਾਂ ਉਹ ਕੀ ਵਾਰ ਹੁੰਦਾ ਕਿ ਪਲੇਅਰ ਡੋਲ ਵੀ ਜਾਂਦਾ ਕਿ ਯਾਰ ਇਹ ਹੋ ਨਹੀਂ ਰਿਹਾ ਨਾ ਤਾਂ ਉਹਨਾਂ ਪਲੇਅਰਾਂ ਨੂੰ ਉਸ ਸਮੇਂ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਕਿਵੇਂ ਆਪਣੀ ਗੇਮ ਦੇ ਵੱਲ ਧਿਆਨ ਦੇਣਾ ਚਾਹੀਦਾ ਉਹ ਚੀਜ਼ ਵੀ ਜਰੂਰ ਇੱਥੇ ਦੱਸੋ ਜੀ ਦੇਖੋ ਫੇਲੀਅਰਸ ਹਰ ਕਿਸੇ ਦੇ ਕਰੀਅਰ ਚ ਆਉਂਦੇ ਆ ਨਾਟ ਓਨਲੀ ਅ სპੋਰਟਸਮੈਨ ਬਟ ਕੋਈ ਬਿਜ਼ਨਸਮੈਨ ਹੈ ਕੋਈ ਕੁਝ ਵੀ ਕਿਸੇ ਵੀ ਫੀਲਡ ਚ ਸਾਰੇ ਆਉਂਦੇ ਆ ਜੀ ਬਿਲਕੁਲ ਰਿਸਕ ਤਾਂ ਡੈਫੀਨਿਟ ਮੈਂ ਵੀ ਹਰ ਇੱਕ ਮੈਚ 100 ਨਹੀਂ ਬਣਾਉਂਦਾ ਜਾ ਕੇ ਮੈਂ ਵੀ ਹਰ ਇੱਕ ਮੈਚ 5 ਵਿਕਟਾ ਨਹੀਂ ਕੱਢਦਾ ਜਾ ਕੇ ਤੇ ਮਤਲਬ ਮੈਂ ਇਹ ਕਰਦਾ ਕਿ ਆਪਣੇ ਮੈਂ ਫੇਲੀਅਰਸ ਤੋਂ ਜ਼ਰੂਰ ਲਰਨ ਕਰਦਾ ਮੈਂ ਫੇਲੀਅਰਸ ਤੋਂ ਵੀ ਮਤਲਬ ਕਹਿੰਦੇ ਆ ਨਾ ਕਿ ਫੇਲੀਅਰਸ ਤੋਂ ਲਰਨ ਕਰਨਾ ਚਾਹੀਦਾ ਬਟ ਮੈਂ ਇੱਕ ਚੀਜ਼ ਮੈਂ ਆਪਣੇ ਸਕਸੈਸ ਤੋਂ ਵੀ ਲਰਨ ਕਰਦਾ ਕਿ ਮੈਂ ਕਿਉਂ ਚੰਗਾ ਕੀਤਾ ਏ ਨੀ ਮੈਂ ਕਿ ਮਾਰਾ ਕਿਉਂ ਕੀਤਾ ਜਦ ਮੈਂ ਫੇਲ ਹੋ ਰਿਹਾ ਹਾਂ ਬਟ ਮੈਂ ਚੰਗਾ ਕਿਉਂ ਕੀਤਾ ਕੀ ਕੀਤਾ ਕੀ ਮੈਂ ਚੰਗਾ ਮਤਲਬ ਕੀ ਕੀਤਾ ਮੈਂ ਕਿ ਚੰਗਾ ਹੋਇਆ ਤੇ ਮੈਂ ਇਹ ਵੀ ਚੀਜ਼ ਲਰਨ ਕਰਦਾ ਤੇ ਮਤਲਬ ਮੋਸਟ ਆਫ ਦਾ ਪਲੇਅਰਸ ਇਹ ਸੋਚਦੇ ਕਿ ਮੇਰੇ ਤੋਂ ਵਧੀਆ ਕਿਉਂ ਨਹੀਂ ਹੋ ਰਿਹਾ ਬਟ ਮੈਨੂੰ ਡਿਫਰੈਂਟਲੀ ਸੋਚਦਾ ਕਿ ਮੇਬੀ ਇਹ ਮੇਰੀ ਥਿੰਕਿੰਗ ਨੇ ਮੈਨੂੰ ਹੈਲਪ ਕੀਤਾ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਮਤਲਬ ਜਿਹੜੇ ਵੀ ਯੰਗਸਟਰਸ ਨੇ ਕਿ ਤੁਸੀਂ ਹਾਰਡ ਵਰਕ ਕਰਨਾ ਕਦੇ ਨਾ ਛੱਡੋ ਕਿਉਂਕਿ ਉਹ ਸੂਨਰ অর ਲੇਟਰ ਤੁਹਾਨੂੰ ਪੇ ਬੈਕ ਕਰਦੀ ਕਰਦੀ ਹੈ ਤੇ ਮੇイビー ਇਹ ਮੇਰੀ ਹੀ ਮਿਹਨਤ ਸੀਗੀ ਕਿ ਯਾ ਮੇਰੀ ਫੈਮਿਲੀ ਦਾ ਸਪੋਰਟ ਮੇਰੇ ਕੋਚਸ ਦਾ ਸਪੋਰਟ ਕਿ ਮੈਂ ਅੱਜ ਇੱਥੇ ਖੜਾ ਹਾਂ ਤੇ ਮੈਂ ਰੀਲੀ ਆਮ ਰੀਲੀ ਥੈਂਕਫੁਲ ਸਾਰਿਆਂ ਦਾ ਕਿ ਉਹਨਾਂ ਨੇ ਮੇਰੀ ਮੈਂ ਮਤਲਬ ਮੇਰੀ ਇੰਨੀ ਹੈਲਪ ਕੀਤੀ ਹੈ ਤੇ ਹੋਪਫੁਲੀ ਮੈਂ ਅੱਗੇ ਵੀ ਚੰਗਾ ਕਰਦਾ ਰਹਾਂ ਤੋ ਮੈਂ ਇੱਕ ਸਵਾਲ ਨਾਲ ਤੁਹਾਡੇ ਜਿਹੜੇ ਨਾਲ ਦੇ ਫਰੈਂਡਸ ਨੇ ਉਹਨਾਂ ਬਾਰੇ ਪੁੱਛਣਾ ਚਾਹਾਂਗਾ ਅਰਸ਼ਦੀਪ ਬੜਾ ਵੱਡਾ ਨਾਮ ਹੈ ਹੁਣ ਭਾਰਤੀ ਕ੍ਰਿਕਟ ਦੇ ਵਿੱਚ ਨਾ ਇੱਕ ਬੜਾ ਵਧੀਆ ਸਤਾਰਾ ਬਣ ਕੇ ਉੱਭਰੇ ਆਰਸ਼ਨ ਤਾਂ ਆਰਸ਼ ਦੇ ਨਾਲ ਅਸੀਂ ਏਸ਼ੀਆ ਕੱਪ ਦੇ ਵਿੱਚ ਜੋ ਕੁਝ ਹੋਇਆ ਸੀ ਉਹ ਵੀ ਦੇਖਿਆ ਵਾ ਤੇ ਚਲੋ ਉਸ ਚੀਜ਼ ਦੇ ਬਾਰੇ ਆਪਾਂ ਨਹੀਂ ਜਾਂਦੇ ਪਰ ਉਹਨਾਂ ਸਿਚੁਏਸ਼ਨਸ ਨੂੰ ਕਿਵੇਂ ਸਾਂਭਣਾ ਵਾ ਨਾ ਤੇ OB1 ਜਦੋਂ Mentally strong ਹੋਣਾ ਬਹੁਤ ਜ਼ਰੂਰੀ ਹੈ ਉਸ ਟਾਈਮ ਦੇ ਉੱਤੇ ਹੈ ਨਾ ਬੰਦੇ ਦਾ ਕਿ ਹਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਨਾ ਵਾ ਤਾਂ ਅਰਸ਼ ਦੇ ਨਾਲ ਵੀ ਤੁਹਾਡੀ ਜ਼ਰੂਰ ਗੱਲਬਾਤ ਹੁੰਦੀ ਹੋਏਗੀ ਜਦੋਂ ਪਲੇ ਕਰਦੇ ਹੋ ਇਕੱਠੇ ਤਾਂ ਉਹ ਚੀਜ਼ਾਂ ਵੀ ਜ਼ਰੂਰ ਸਾਂਝੀਆਂ ਕਰੋ ਹਾਂਜੀ ਅਰਸ਼ ਮਤਲਬ ਮੈਂ ਜਦ ਅੰਡਰ 16 ਤੋਂ ਆਪਾਂ ਇਕੱਠੇ ਖੇਡ ਰਹੇ ਹਾਂ ਮੈਂ ਤੇ ਅਰਸ਼ ਅਰਸ਼ ਮੇਰਾ ਵਧੀਆ ਫਰੈਂਡ ਹੈ ਜੀ ਤੇ ਮੈਂ ਤੁਹਾਨੂੰ ਇਹਦਾ ਮਤਲਬ ਅਰਸ਼ ਤੋਂ ਮੈਂ ਜ਼ਿਆਦਾ ਮਤਲਬ ਸਾਈਕੋਲੋਜੀਕਲੀ ਸਟਰੋਂਗ ਬੰਦਾ ਨਹੀਂ ਦੇਖਿਆ ਮਤਲਬ ਉਹ ਇੰਨਾ ਜ਼ਿਆਦਾ ਸਾਈਕੋਲੋਜੀਕਲੀ ਸਟਰੋਂਗ ਹੈ ਕੀ ਮਤਲਬ ਉਹਨੂੰ ਪਤਾ ਹੈ ਕਿ ਜਿੱਥੇ ਵੀ ਥੋੜੀ ਟਫ ਸਿਚੁਏਸ਼ਨ ਆਂਦੀ ਹੈ ਉਹ ਬੈਕ ਆਊਟ ਨਹੀਂ ਕਰਦਾ ਉਧਰੋਂ ਉਹ ਕਹਿੰਦਾ ਸਗੋ ਮੈਂ ਜਾ ਕੇ ਬੋਲ ਪਾਨਾ ਜਾਂ ਮੈਂ ਇਹ ਕਰਦਾ ਜਾਂ ਕਿੱਥੇ ਵੀ ਕ੍ਰੂਸ਼ਲ ਸਟੇਜ ਹੋ ਗਈ ਉਹ ਕਹਿੰਦਾ ਮੈਂ ਕਰੂੰਗਾ ਮੈਂ ਕਰੂੰਨ ਮਤਲਬ ਸੈਲਫ ਬਿਲੀਫ ਬਹੁਤ ਹੈ ਜੋ ਕਿ ਬਹੁਤ ਜ਼ਰੂਰੀ ਹੈ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੰਨੇ ਚੰਗੇ ਹੋ ਤੇ ਉਹਨੂੰ ਉਹ ਪਤਾ ਹੈ ਤੇ ਜੇ ਤੁਸੀਂ ਵਰਲਡ ਕੱਪ ਦੀ ਗੱਲ ਕਰ ਰਹੇ ਹੋ ਉਹਨੇ ਮਤਲਬ ਮੈਂ ਉਹਨੂੰ ਪਰਸਨਲੀ ਮਿਹਨਤ ਕਰਦੇ ਹੋਏ ਦੇਖਿਆ ਹੈ ਕਿਉਂਕਿ ਅਸੀਂ ਕੈਂਪਸ ਵਗੈਰਾ ਬਹੁਤ ਲਾਂਦੇ ਆ ਤੇ ਉਹਦਾ ਰੂਟੀਨ ਬਹੁਤ ਵਧੀਆ ਉਹਦੀ ਖਾਣ ਖਾਣਾ ਪੀਣਾ ਬਹੁਤ ਵਧੀਆ ਹੈ ਮਤਲਬ ਕਿਸ ਟਾਈਮ ਤੇ ਕੀ ਖਾਣਾ ਜਿਮ ਕਿਵੇਂ ਕਰਨਾ ਕਿੰਨੀ ਬਾਲ ਪਾਣੀ ਹੈ ਪ੍ਰੈਕਟਿਸ ਚ ਮਤਲਬ ਮੈਚਸ ਚ ਕੀ ਕਰਨਾ ਉਹ ਸਭ ਕੁਝ ਉਹਨੂੰ ਬਹੁਤ ਸਾਫ ਤਾਬ ਸੀਗਾ ਤੇ ਮੈਨੂੰ ਹਜੇ ਵੀ ਆਦਾ ਆਈਪੀਐਲ ਚ ਚੱਲ ਰਿਹਾ ਸੀਗਾ ਤੇ ਉਹਦਾ ਮੈਨੂੰ ਕਾਲ ਆਇਆ ਤੇ ਉਹੀ ਕਹਿ ਰਿਹਾ ਸੀ ਕਹਿੰਦਾ ورلڈ ਕੱਪ ਦੀ ਮਤਲਬ ਟੀਮ ਬਣਨੀ ਹੈ ਮਰ ਤੋਂ ਵਿਕਟਾਂ ਨਹੀਂ ਨਿਕਲ ਰਹੀਆਂ ਐ ਤਾਂ ਪਰ ਉਹ ਵਧੀਆ ਕੀਤਾ ਉਹਨੇ ਕਿਉਂਕਿ ਸਿਚੁਏਸ਼ਨ ਜੋ ਡਿਮਾਂਡ ਕਰ ਰਹੀ ਸੀ ਤੇ ਉਹਨਾਂ ਨੇ ਕੱਟ ਰਨ ਦਿੱਤੇ ਉਹ ਸਿਚੁਏਸ਼ਨ ਚ ਤੇ ਮਤਲਬ ਇਹ ਮਤਲਬ ਸਿਰਫ ਦੇਖੋ ਸਿਲੈਕਟਰਸ ਹਰ ਚੀਜ਼ ਦੇਖਦੇ ਆ ਤੇ ਮਤਲਬ ਫਿਰ ਰੱਬ ਨੇ ਉਹਦਾ ਸਾਥ ਦਿੱਤਾ ਤੇ ਉਹ ਵਰਲਡ ਕੱਪ ਖੇਡੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਤੇ ਉਹ ਬਹੁਤ ਮਤਲਬ ਕਹਿ ਸਕਦੇ ਹੋ ਮਤਲਬ ਅਮਰਜਿੰਗ ਪਲੇਅਰ ਆ ਰਿਹਾ ਜਿਹੜਾ ਯੰਗ ਹਰਸ਼ ਕੇ ਕਿ ਉਹ ਮਤਲਬ ਆਪਣੇ ਆਪ ਨੂੰ ਪਰਮਾਨੈਂਟ ਜਗ੍ਹਾ ਲੈ ਸਕਦਾ ਇੰਡੀਅਨ ਟੀਮ ਚ ਇੱਕ ਪੱਕੇ ਬੋਲਰ ਦੇ ਤੌਰ ਦੇ ਉੱਤੇ ਕਹਿ ਸਕਦੇ ਆ ਫਿੱਟ ਹੋ ਰਿਹਾ ਵਾ ਤਾਂ ਇੱਕ ਜੀ ਦੇ ਇਥੇ ਮੈਂ ਜਾਂਦਾ ਇਹਦਾ ਲਾਸਟ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਵਾ ਕਿਹੜਾ ਇੱਕ ਪਲੇਅਰ ਜਾਂ ਕਿਹੜਾ ਅਜਿਹਾ ਪਲੇਅਰ ਹੈ ਜਿਹਨੂੰ ਤੁਸੀਂ ਫੋਲੋ ਕਰਦੇ ਰਹੇ ਹੋ ਜਾਂ ਜਿਹਦੇ ਵਰਗਾ ਬਣਨਾ ਚਾਹੁੰਦੇ ਹੋ ਕਿ ਇਹ ਪਲੇਅਰ ਬੈਸਟ ਲੱਗਦਾ ਕਿ ਹਾਂ ਇਹਦੇ ਵਰਗਾ ਬਣਨਾ ਮੈਂ ਕੋਈ ਵੀ ਇੱਕ ਪਲੇਅਰ ਜਾਂ ਜਿਹੜੇ-ਜਿਹੜੇ ਪਲੇਅਰ ਨੂੰ ਤੁਸੀਂ ਫੋਲੋ ਕਰਦੇ ਰਹੇ ਹੋ ਉਹ ਚੀਜ਼ ਇਤੇ ਜ਼ਰੂਰ ਦੱਸੋ ਜੀ ਮੈਨੂੰ ਐਕਚੁਅਲੀ ਇੱਕ ਹੀ ਫੇਵਰਿਟ ਨਹੀਂ ਹੈ ਮੇਰਾ ਮੇਰੇ ਐਕਚੁਅਲੀ ਕਾਫੀ ਫੇਵਰਿਟ ਨੇ ਜਿਵੇਂ ਕਿ ਸਚਿੰਦਨ ਤੰਦੁਲਕਰ ਐਂਡ ਰਾਹੁਲ ਦਰਾਵੇਡ ਸੂਰਜ ਕੁਮਾਰ ਯਾਦਵ ਵਿਰਾਟ ਕੋਹਲੀ ਯੁਵਰਾਜ ਸਿੰਘ ਮਤਲਬ ਮੈਂ ਇਹਨਾਂ ਨੂੰ ਆਈਡਲਾਈਜ਼ ਕਰਦਾ ਮੈਨੂੰ ਇਹਨਾਂ ਦੀ ਬੈਟਿੰਗ ਸਟਾਈਲ ਬਹੁਤ ਵਧੀਆ ਲੱਗਦੀ ਕਿਉਂਕਿ ਮੈਂ ਵੀ ਪਰਸਨਲੀ ਇੱਕ ਅਟੈਕਿੰਗ ਪਲੇਅਰ ਹਾਂ ਤੇ ਇਹ ਵੀ ਸਾਰੇ ਅਟੈਕਿੰਗ ਪਲੇਅਰ ਨੇ ਡੋਮਿਨੇਟ ਕਰਕੇ ਖੇលਦੇ ਮੈਂ ਵੀ ਡੋਮਿਨੇਟ ਕਰਕੇ ਖੇលਦਾ ਤੇ ਮੈਂ ਜਦ ਇਹਨਾਂ ਦੀ ਬੈਟਿੰਗ ਦੇਖਦਾ ਮੈਂ ਟਰਾਈ ਕਰਦਾ ਕਿ ਕੀ ਸਿੱਖ ਸਕਦਾ ਮੈਂ ਕਿ ਕਿ ਸਿਚੁਏਸ਼ਨ ਚ ਇਹ ਕਿਵੇਂ ਖੇਡ ਰਹੇ ਨੇ ਕਿ ਕਿਸ ਬੋਲਰ ਨੂੰ ਚੂਜ਼ ਕਰਕੇ ਕਿੰਨਾ ਮਤਲਬ ਉਹਨੂੰ ਮਾਰ ਰਹੇ ਨੇ ਜਾਂ ਕਿਤਵੇਂ ਡਿਫੈਂਡ ਕਰ ਰਹੇ ਹੈ ਤੇ ਮੈਂ ਚਾਹਾਂਗਾ ਜਦ ਮੈਂ ਹੁਣ ਜਾਵਾਂ ਆਈਪੀਐਲ ਖੇਡਣ ਤੇ ਮੈਂ ਚਾਹਨਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਮਤਲਬ ਨੋਲੇਜ ਗੇਨ ਕਰਾਂ ਸਚਿਨ ਸਰ ਤੋਂ ਰੋਹਿਤ ਸ਼ਰਮਾ ਕਿਸ਼ੂਰੇ ਕੁਮਾਰ ਯਾਦਵ ਤੇ ਹੋਰ ਬਾਕੀ ਪਲੇਅਰਜ਼ ਵੀ ਹੈ ਹੁਣ ਕਾਇਰਨ ਪੋਲਾਰਡ ਵੀ ਆ ਰਹੇ ਨੇ ਤੇ ਮੈਂ ਚਾਹਾਂਗਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਇਹ 2-2 ਮਹੀਨੇ 'ਚ ਕੀ ਸਿੱਖਾਂ ਜ਼ਿਆਦਾ ਤੋਂ ਜ਼ਿਆਦਾ ਕਿ ਮੇਰੀ ਪਰਫਾਰਮੈਂਸ ਹੋਰ ਵਧੀਆ ਹੁੰਦੀ ਰਹੇ ਤੇ ਮੈਂ ਇੰਡੀਅਨ ਟੀਮ 'ਚ ਜਲਦੀ ਆਵਾਂ ਬਿਲਕੁਲ ਜੀ ਸਾਡੇ ਵੀ ਸ਼ੁਭਕਾਮਨਾਵਾਂ ਨੇ ਔਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਤੁਸੀਂ ਉਸ ਨੀਲੀ ਜਰਸੀ ਦੇ ਵਿੱਚ ਸਾਨੂੰ ਜਲਦ ਤੋਂ ਜਲਦ ਦੇਖਣ ਨੂੰ ਮਿਲੋਗੇ ਔਰ ਪੂਰੇ ਪੰਜਾਬ ਦਾ ਨਾਮ ਵੀ ਜ IPL ਦੇ ਵਿੱਚ ਤੁਹਾਡਾ ਜਿਹੜਾ ਪ੍ਰਦਰਸ਼ਨ ਹੈ ਅਸੀਂ ਉਮੀਦ ਉਮੀਦ ਕਰਾਂਗੇ ਕਿ ਉਹ ਬਹੁਤ ਚੰਗਾ ਰਹੇ ਜਿਵੇਂ ਇਸ ਤੋਂ ਪਹਿਲਾਂ ਰਿਹਾ ਵਾ ਉਸ ਤੋਂ ਵੀ ਕਿਤੇ ਵਧਿਆ ਤੁਹਾਡੀ ਪਰਫਾਰਮੈਂਸ ਸਾਨੂੰ ਉੱਥੇ ਦੇਖਣ ਨੂੰ ਮਿਲੇ ਤੇ ਤੁਸੀਂ ਜਲਦੀ ਹੀ ਸਾਨੂੰ ਰੋਹਿਤ ਸ਼ਰਮਾ ਵਿਰਾਟ ਕੋਹਲੀ ਵਰਗਿਆਂ ਦੇ ਨਾਲ ਇੰਡੀਅਨ ਟੀਮ ਨੂੰ ਜਿਹੜਾ ਰਿਪਰੈਜ਼ੈਂਟ ਕਰਦੇ ਉੱਥੇ ਦਿਖਾਈ ਦੇਵੋ ਤਾਂ ਅਸੀਂ ਉਮੀਦ ਕਰਦੇ ਹਾਂ ਜੀ ਔਰ ਉਮੀਦ ਕਰਦੇ ਹਾਂ ਤੁਹਾਨੂੰ ਵੀ ਗੱਲਬਾਤ ਚੰਗੀ ਲੱਗੀ ਹੋਏਗੀ ਜੇਕਰ ਕੋਈ ਸੁਝਾਅ ਹੈ ਤਾਂ ਕਮੈਂਟ ਬਾਕਸ ਵਿੱਚ ਜਰੂਰ ਸਾਂਝਾ ਕਰਨਾ ਸਹਿਯੋਗੀ ਸਾਥੀ ਜਤਿੰਦਰ ਦੇ ਨਾਲ ਸੁਖਦੁਲੀ